6477105755 6477105755 647 710 1575 ਜਦ ਤੱਕ ਤੁਹਾਡੇ ਤੁਸੀਂ ਫੋਨ ਕਾਲਾਂ ਕਰਦੇ ਹੋ ਉਦ ਤੱਕ ਮੈਂ ਪ੍ਰੋਗਰਾਮ ਸ਼ੁਰੂ ਕਰਦੀ ਹਾਂ ਆਪਣਾ। ਅਤੇ ਅੱਜ ਮੈਂ ਪ੍ਰੋਗਰਾਮ ਸ਼ੁਰੂ ਕਰ ਰਹੀ ਹਾਂ ਗੀਤ ਨਾਲ। ਬੀਬਾ ਬੇ ਆਪਾਂ ਦਰਪੁਰ ਬਸੀਏ, ਬੇ ਆਪਾਂ ਦਰਪੁਰ ਬਸੀਏ, ਦੂਰ ਬਸੇਂਦੇ ਬੇਧਰਮੀ ਮਾਪੇ, ਗੋਰੀਏ ਨੀ ਮੈਂ ਸਗੀ ਕਰਾਮਾ ਸਿਰ ਪਾਵਾਂ, ਦੂਰ ਯਾਦ ਨਾ ਕਰੀਏ ਨੀ ਧਰਮੀ ਮਾਪੇ, ਸਗੀ ਤੇਰੀ ਵੇ ਮੈਂ ਕਦੀਓ ਨਾ ਪਾਵਾਂ, ਮੈਂ ਨਦੀਓ ਹੰਡਾਵਾਂ, ਜ ਦਿਲ ਤੋਂ ਨਾ ਲੈਂਦੇ ਜੀ ਧਰਮੀ ਮਾਪੇ, ਗੋਰੀਏ ਨੀ ਮੈਂ ਟਿੱਕਾ ਕਰਾਵਾਂ ਤੇਰੇ ਮੱਥੇ ਲਾਵਾਂ, ਯਾਦ ਨਾ ਕਰੀਏ ਨੀ ਧਰਮੀ ਮਾਪੇ, ਟੀਕਾ ਤੇਰਾ ਵੇ ਮੈਂ ਕਦੀਓ ਨਾ ਲਾਵਾਂ, ਮੈਂ ਨਦੀਓ ਹੜਾਵਾਂ, ਦਿਲ ਤੋਂ ਨਾ ਲੈਂਦੇ ਜੀ ਧਰਮੀ ਮਾਪੇ, ਗੋਰੀਏ ਨੀ ਮੈਂ ਕੈਂਠੀ ਕਰਾਵਾਂ ਤੇਰੇ ਗਲ ਪਾਵਾਂ, ਯਾਦ ਨਾ ਕਰੀਏ ਨੀ ਧਰਮੀ ਮਾਪੇ, ਕੰਠੀ ਤੇਰੀ ਵੇ ਮੈਂ ਕਦੀਓ ਨਾ ਪਾਵਾਂ, ਮੈਂ ਨਦੀਓ ਹੰਡਾਵਾਂ, ਦਿਲ ਤੋਂ ਨਾ ਲੈਂਦੇ ਜੀ ਧਰਮੀ ਮਾਪੇ, ਬੀਬਾ ਬੇ ਆਪਾਂ ਦਰਪੁਰ ਬਸੀਏ, ਬੇ ਆਪਾਂ ਦਰਪੁਰ ਬਸੀਏ, ਦੂਰ ਬਸੇਂਦੇ ਬੇਧਰਮੀ ਮਾਪੇ, ਆਇਓ ਵਾਸੀ ਲੱਗੀ ਉਦਾਸੀ, ਬੀਬਾ ਸਾਨੂੰ ਲੈ ਚੱਲ ਨਾਲੇ, ਆਈ ਉਵਾਸੀ ਲੱਗੀ ਉਦਾਸੀ, ਬੀਬਾ ਸਾਨੂੰ ਲੈ ਚੱਲ ਨਾਲੇ, ਮਾਤਾ ਜੀ ਤੇਰੀ ਸੱਸ ਜੀ ਸਾਡੀ, ਬੀਬਾ ਸਾਨੂੰ ਬੋਲੀਆਂ ਮਾਰੇ, ਮਾਤਾ ਜੀ ਤੁਹਾਡੀ ਸੱਸ ਜੀ ਸਾਡੀ, ਬੀਬਾ ਸਾਨੂੰ ਬੋਲੀਆਂ ਮਾਰੇ, ਅੰਦਰ ਬੜੀਏ ਚੁੱਪ ਰਹੀਏ ਗੋਰੀ ਦੇ
ਦਿਲ ਦੀਆਂ ਦਿਲ ਵਿੱਚ ਰੱਖੀਏ ਅੰਦਰ ਬੜੀਏ, ਦਿਲ ਦੀਆਂ ਦਿਲ ਵਿੱਚ ਰੱਖੀਏ ਗੋਰੀ, ਭੈਂਪਾ ਬੋਝ ਥੋੜੀ, ਜਠਾਣੀ ਸਾਡੀ ਬੀਬਾ ਸਾਨੂੰ ਬੋਲੀਆਂ ਮਾਰੇ, ਪਾ ਬੋਝ ਥੋੜੀ ਜਠਾਣੀ ਸਾਡੀ ਬੀਬਾ ਸਾਨੂੰ ਬੋਲੀਆਂ ਮਾਰੇ, ਕੇ ਪੀੜਾ ਡਾਈਏ ਕੇਸ ਸਕਾਈਏ ਗੋਰੀ, ਇੱਕ ਦੀਆਂ 18 ਸੁਣਾਈਏ ਪੀੜਾ। ਅਸੀਂ ਲੈਣ ਲੱਗੇ ਹਾਂ ਥੋੜ੍ਹੀ 2 ਮਿੰਟ ਦੀ ਕਮਰਸ਼ੀਅਲ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਨੂੰ ਫਿਰ ਅਸੀਂ ਹਾਜ਼ਰ ਹੁੰਦੇ ਹਾਂ। ਉਦੋਂ ਤੱਕ ਤੁਸੀਂ ਫੋਨ 'ਤੇ ਬਸ ਕੋਲ ਰਹੋ, ਟੀਵੀ ਤੋਂ ਦੂਰ ਨਾ ਜਾਇਓ 2 ਮਿੰਟ ਵਾਸਤੇ। ਕਾਲ ਦਮ 9057915559। ਯੂ ਕੈਨ ਫੋਲੋ ਦਮ ਔਨ ਫੇਸਬੁੱਕ ਐਂਡ ਟਵਿੱਟਰ, ਅਲੀਸ਼ਾ ਬਿਊਟੀ ਸਲੋਨ ਐਂਡ ਸਪਾ। ਅੱਜ ਦਾ ਪ੍ਰੋਗਰਾਮ ਆ ਅਲੀਸ਼ਾ ਬਿਊਟੀ ਸਲੋਨ ਵਾਲਿਆਂ ਨੇ ਸਪੋਂਸਰ ਕੀਤਾ। ਹਾਂਜੀ, ਅਤੇ ਉਹ ਤੁਸੀਂ ਉਹਨਾਂ ਨੰਬਰ ਨੋਟ ਕਰ ਲਓ, 9057195559, 9057195599, 905-791-5559। ਅਤੇ ਅਸੀਂ ਅਗਰ ਸਟੂਡੀਓ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ, 6477101-5575, 647-710-1575। ਵੈਸੇ ਵੀ ਸਾਡਾ ਨੰਬਰ ਥੱਲੇ ਸਕਰੀਨ 'ਤੇ ਆ ਰਿਹਾ ਹੁੰਦਾ, ਤੁਸੀਂ ਉਹ ਤੋਂ ਪੜ੍ਹ ਲਿਓ। ਹਾਂਜੀ, ਅਤੇ ਕੜਾ ਲੈ ਕੇ ਤਾਂ ਕੁੜੀ ਪਾਣੀ ਲੈਣ ਗਈ ਸੀ, ਕੜਾ ਲੈ ਕੇ ਤਾਂ ਕੁੜੀ ਪਾਣੀ ਲੈਣ ਗਈ ਸੀ, ਕੜਾ ਤਾਂ ਭਰ ਲਿਆਈ ਬੂਰਦਾਨੀ, ਜਿੰਦ ਗਈ ਮਕਲਾਬ ਦੂਰਦਾਨੀ, ਜਿੰਦ ਗਈ ਮਕਲਾਬ ਦੂਰਦਾਨੀ, ਜਿੰਦ ਗਈ ਮਕਲਾ ਦੂਰਦਾਨੀ, ਜਿੰਦ ਗਈ ਮਕਲਾਬਾ ਦੂਰਦਾਨੀ। ਸੁਣਨੀ ਕੁੜੀਏ ਨੱਚਣ ਵਾਲੀਏ, ਸੁਣਨੀ ਕੁੜੀਏ ਨੱਚਣ ਵਾਲੀਏ, ਨੱਚ ਨੱਚ ਹੋ ਜਾ ਦੂਰੀ ਨਹੀਂ ਇਸ ਜਵਾਨੀ ਦੀ, ਨਾ ਕਰੀਏ ਮਗਰੂਰੀ 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 ਨਹੀਂ ਇਸ ਜਵਾਨੀ ਦੀ। ਤਾਈਆਂ 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 ਬਈ ਜੱਟਾਂ ਦੇ ਪੁੱਤ ਸਾਧੂ ਹੋ ਗਏ, ਜੱਟਾਂ ਦੇ ਪੁੱਤ ਸਾਧੂ ਹੋ ਗਏ, ਸਿਰ 'ਤੇ ਜੱਟਾਂ ਰਖਾਈਆਂ ਵੀ ਬਿਜਲੀ ਫੜ ਕੇ ਮੰਗਣ ਤੁਰ ਪਏ, ਬਿਜਲੀ ਫੜ ਕੇ ਮੰਗਣ ਤੁਰ ਪਏ, ਖੈਰ ਨਾ ਪਾਉਂਦੀਆਂ ਮਾਈਆਂ ਸੂਬੇਦਾਰਨੀਆਂ, ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ, ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ, ਮੇਲਣਾ ਆਈਆਂ ਸੂਬੇਦਾਰਨੀਆਂ। 25-50 ਦਾ ਮੈਂ ਲੌਂਗ ਕਰਾਇਆ, 25-50 ਦਾ ਮੈਂ ਲੌਂਗ ਕਰਾਇਆ, ਨਾਲੇ ਕਰਾਈ ਮੁਰਗੀ ਸਵੇਦਾ ਰੁੱਸਿਆ ਫਿਰੇ, ਕੀ ਚੌਲਾਂ ਦੀ ਬੁਰਕੀ ਸਵੇਦਾ ਰੁੱਸਿਆ ਫਿਰੇ, ਕੀ ਸਵੇਦਾ ਰੁੱਸਿਆ ਫਿਰੇ। ਸੁਣ ਵੇ ਮੁੰਡਿਆ ਕਾਂਟੇ ਵਾਲਿਆ, ਸੁਣ ਵੇ ਮੁੰਡਿਆ ਕਾਂਠੇ ਵਾਲਿਆ, ਕੰਠਾ ਰੋਗਨ ਕੀਤਾ ਵੇ ਮੈਂ ਤਾਂ ਤੈਨੂੰ ਖੜੀ ਉਡੀਕਾਂ, ਤੂੰ ਨਾ ਮਗਨਾ ਗਿਆ ਚੁੱਪ ਕੀਤਾ ਜੋੜੀ ਨਾ ਬਣਦੀ, ਪਾਪ ਜਿਨ੍ਹਾਂ ਨੇ ਕੀਤਾ ਜੋੜੀ ਨਾ ਬਣਦੀ। ਹੈਲੋ, ਹਾਂਜੀ ਹਾਂਜੀ, ਹੈਲੋ, ਹਾਂਜੀ ਹਾਂਜੀ, ਮੈਂ ਤੁਸੀਂ ਗੀਤ ਗਾਉਂਦੇ ਹੋ ਸਾਹਮਣੇ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ। ਇਹ ਨਾ ਨੰਬਰ ਤੁਹਾਡਾ ਦੂਆ ਹੈ ਜਿਹੜਾ ਸਟੂਡੀਓ ਦਾ, ਜਿਹੜਾ ਤੁਹਾਡੇ ਆਉਂਦਾ ਹੁੰਦਾ ਇਹ 'ਚ ਮੋਟੇ ਅੱਖਰਾਂ 'ਚ, ਉਹ ਨਹੀਂ ਆਇਆ ਹੋਇਆ ਕਿਹੜਾ? ਉਹੀ ਤੁਹਾਡਾ ਕਿਹੜਾ ਨੰਬਰ? 647-710-1575 ਨੰਬਰ ਸਾਡਾ। ਮੈਨੂੰ ਇੱਕ ਸਮਝ ਨਹੀਂ ਲੱਗਦੀ ਸੱਤ, ਜਿਹੜਾ ਹੁਣ ਜਿਹੜਾ ਆਇਆ ਹੈ 647-707। ਹਾਂਜੀ, ਪ੍ਰੋਗਰਾਮ ਲਾਈਵ ਦੇਖ ਰਹੇ ਹੋ ਨਾ? ਇਹ ਨੰਬਰ ਹੈ। ਤੁਸੀਂ ਕੀ ਬੋਲੀ ਪਾਉਣੀ, ਗੀਤ ਗਾਉਣਾ? ਹਾਂਜੀ, ਬੋਲੀ ਪਾਉਣੀ, ਗੀਤ ਗਾਉਣਾ। ਬੋਲੀ ਫਿਰ ਅਸਰ ਟੀਵੀ ਤੋਂ ਪਰੇ ਹਟ ਜਾਓ ਜਾਂ ਆਵਾਜ਼ ਘੱਟ ਕਰ ਦਿਓ। ਓਕੇ, ਹਾਂਜੀ ਕਰ ਲਓ, ਕਰ ਲਓ। ਚਿੱਠੀਆਂ ਪਾਉਂਦੀ ਵੇ ਕਗੜਾਉਂਦੀ, ਤੂੰ ਕਰ ਜਾਈ ਵੀਰ ਬੇਕੰਮ ਜ਼ਰੂਰ ਵੈਂ, ਅੱਜ ਨਹੀਂ ਪੰਜੀਓ ਦੇ ਵੀਰ ਨੇ ਵੀਰਾਂ ਬੇਬਾ
ਮਛਲੀ ਨਾ ਚਮਕਾਈਏ ਨੀ ਖੂਟੋ ਬੇਚਿਰ ਚਰਚਾ ਹੁੰਦੀ ਖੂਟੋ ਬੇਚਿਰ ਚਰਚਾ ਹੁੰਦੀ ਚਰਚਾ ਨਾ ਕਰਵਾਈਏ ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਮਾਪਿਆਂ ਦੀ ਕਣਕ ਬੰਨਾ ਤੇ ਰੰਗ ਬਿਗਬਰੂਆ ਮੈਂ ਨਜ਼ਰਾਂ ਤੋਂ ਡਰਦੀ ਬੇ ਇੱਕ ਜੀ ਕਾਦਾ ਤਵੀਤ ਕਰਾ ਦਾਂ ਇੱਕ ਜੀ ਕਰਦਾ ਤਾਕਾ ਬਿਨ ਮਕਲਾਈਆਂ ਨੇ ਢਾ ਸਿੱਟਿਆ ਦਰਵਾਜ਼ਾ ਬਿਨ ਮਕਲਾਈਆਂ ਨੇ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਆ ਚੰਗਾ ਜੀ ਸੁਣਾਓ ਜੀ ਕਿੱਥੋਂ ਬੋਲਦੇ ਹੋ ਹਾਇਓ ਚੋਂ ਬੋਲਦੇ ਜੀ ਹਾਂਜੀ ਹਾਇਓ ਚੋਂ ਅੱਛਾ ਹਾਂਜੀ ਹਾਂਜੀ ਕੀ ਸੁਣਾਓਗੇ ਅੱਜ ਸੁਣਾ ਦੇਣੀ ਆ ਸੁਣਨਾ ਚਾਹੁੰਦੇ ਆ ਹਾਂ ਸੁਣਾ ਦੋ ਬੋਲੀਆਂ ਸੁਣਾ ਦੋ ਮੁੰਡਾ ਰੋਵੇ ਮੁੰਡਾ ਰੋਵੇ ਅੰਬਿਆਂ ਨੂੰ ਦੀਵਾਰ ਨਜ਼ਰ ਨਾ ਆਵੇ ਮੁੰਡਾ ਰੋਵੇ ਅੰਬਿਆਂ ਨੂੰ ਦੀਵਾਰ ਨਜ਼ਰ ਨਾ ਆਵੇ ਨਾਨੋ ਨਾਰੋ ਨਾਰੋ ਕੰਜਰਾ ਦਿਆ ਤੇਰੇ ਮਾਮਿਆਂ ਦੇ ਵਾਕਬ ਤੇਰੇ ਮੁੰਡਾ ਰੋਵੇ ਗੰਨਿਆਂ ਨੂੰ ਕੀਤੀ ਗੰਨਾ ਨਜ਼ਰ ਨਾ ਆਵੇ ਮੁੰਡਾ ਰੋਵੇ ਗੰਨਿਆਂ ਨੂੰ ਕੀਤੀ ਗੰਨਾ ਨਜ਼ਰ ਨਾ ਆਵੇ ਨਾਰੋ ਨਾਰੋ ਕੰਜਰਾਂ ਦਿਆ ਤੇਰੇ ਮਾਮਿਆਂ ਦੇ ਵਾਗ ਤੇਰੇ ਨਾਰੋ ਨਾਰੋ ਕੰਜਰਾਂ ਦਿਆ ਤੇਰੇ ਮਾਮਿਆਂ ਦੇ ਵਾਗ ਤੇਰੇ ਹਾਂਜੀ ਹੋਰ ਸੁਣਾ ਦੋ ਸੁਣਾਉਣੀ ਹਾਂਜੀ ਹੋਰ ਸੁਣਾ ਦਿੰਦੀ ਹਾਂਜੀ ਹਾਂਜੀ ਮੇਰੀ ਸੱਸ ਦੇ ਪੰਜ ਪੁੱਤ ਨੀ ਮੇਰੀ ਸੱਸ ਦੇ ਪੰਜ ਪੁੱਤ ਨੀ ਮੇਰੀ ਸੱਸ ਦੇ
ਇੱਕ ਤੇਰਾ ਇੱਕ ਮੇਰਾ ਇੱਕ ਤੱਖੜੀ ਦੁਹੇਰਾ ਇੱਕ ਨਾ ਜਾਣੀ ਕੁੜੀ ਦਾ ਨਾਲ ਰਹਿੰਦਾ ਨੀ ਮੇਰੀ ਸੱਸ ਦੇ ਮੰਜ ਪੁੱਤ ਨੀ ਮੇਰੀ ਸੱਸ ਦੇ ਹਾਂਜੀ ਥੈਂਕ ਯੂ ਥੈਂਕ ਯੂ ਬਹੁਤ ਸੋਹਣੀਆਂ ਬੋਲੀਆਂ ਤੁਹਾਡੀਆਂ ਥੈਂਕ ਯੂ ਕਾਲ ਕਰਨ ਲਈ ਬਾਗ ਦੀ ਰਾਵੀ ਦੇ ਵਿੱਚ ਸਿੱਟ ਦੀ ਪਦੀਨਾ ਬਾਗ ਦੀ ਰਾਵੀ ਦੇ ਵਿੱਚ ਸਿੱਟ ਦੀ ਪਦੀਨਾ ਛੇਤੀ ਮੋੜਾ ਪਾਈ ਮੇਰੇ ਪਤਲਿਆ ਸ਼ਕੀਨਾ ਛੇਤੀ ਮੋੜਾ ਪਾਈ ਮੇਰੇ ਪਤਲਿਆ ਸ਼ਕੀਨਾ ਛੇਤੀ ਮੋੜਾ ਪਾਈ ਪਤਲਿਆ ਸ਼ਕੀਨਾ ਜੇ ਮੁੰਡਿਆ ਤੇਰੇ ਬਲਦ ਥਿਆਏ ਜੇ ਮੁੰਡਿਆ ਤੇਰੇ ਬਲਦ ਥਿਆ ਪਾਣੀ ਪਲਾ ਲੈ ਹੋਰ ਮੁੰਡੇ ਆਵੇ ਢਿੱਲੀ ਛੱਡ ਵਲਦਾਂ ਦੀ ਡੋਰ ਮੁੰਡੇ ਆਵੇ ਢਿੱਲੀ ਛੱਡ ਵਲਦਾਂ ਦੀ ਡੋਰ ਮੁੰਡੇ ਆਵੇ ਢਿੱਲੀ ਛੱਡ ਵਲਦਾਂ ਦੀ ਡੋਰ ਮੁੰਡਿਆ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖ ਸੂਟ ਸਵਾ ਦੇ ਫਿੱਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ ਆਵੇ ਮੇਰੀ ਦੀ ਫੋਟੋ ਹਾਂਜੀ ਅਸੀਂ ਲੈ ਰਹੇ ਹਾਂ ਬ੍ਰੇਕ 2 ਮਿੰਟ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ ਅਸੀਂ ਵਾਪਸ ਕਿਤੇ ਜਾਣਾ ਨਹੀਂ ਹੈਗਾ ਬਸ ਟੀਵੀ ਦੇ ਮੂਹਰੇ ਬੈਠੇ ਰਹਿਣਾ ਹਾਂਜੀ Call them 905-791-5559. You can follow them on Facebook and Twitter. Alisha Beauty Salon and Spa. ਕੋਰ ਹਾਂਜੀ ਮੇਰਾ ਸਾਥ ਦੇਣਗੇ ਜੂਰ ਜੀ ਜੂਰ ਹਾਂਜੀ ਬਹੁਤ ਸੁਣਾਉਂਦੀ ਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਸੁਣ ਕੇ ਮੇਰੇ ਨਾਲ ਬੈਠਣ ਲਈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤੇ ਹੈ ਬਹੁਤ ਕਦੋਂ ਤੋਂ ਸ਼ੌਕ ਆ ਬੋਲੀਆਂ ਦਾ ਗੀਤਾਂ ਦਾ ਮੈਨੂੰ ਬਹੁਤ ਛੋਟੀ ਹੁੰਦੀ ਤੋਂ ਸ਼ੌਕ ਆ ਜੀ ਮੈਂ ਆਪਣੀ ਜੌਬ ਕੀਤੀ ਹੈ ਜਨਾੜੀ ਸਾਰੀ ਟੀਚਰ ਦੀ ਅੱਛਾ ਅੱਛਾ ਇਹਦੇ ਵਿੱਚ ਸੱਭਿਆਚਾਰ ਪ੍ਰੋਗਰਾਮ ਜਿਹੜਾ ਸਕੂਲ ਦੇ ਵਿੱਚ ਜਾਂ ਹੁੰਦੇ ਰਹਿੰਦੇ ਉਹ ਜਿੱਥੇ ਵੀ ਜਾਂਦੀ ਸੀ ਮੈਂ ਸੰਭਾਲ ਲੈਂਦੀ ਸੀ ਮੈਨੂੰ ਮਤਲਬ ਸ਼ੌਕ ਸੀ ਹਾਂਜੀ 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 ਤੇ ਹੁਣ ਮੈਂ ਰਿਟਾਇਰ ਹੋਈ ਸੀ ਤੇ ਮੈਨੂੰ ਮਿਲਣੀ ਸੀ ਨਾ ਉਹ ਕੁਦਰਤ ਬੜੀ ਬੇਅੰਤ ਆ ਉਹਨੇ ਵੇਖਿਆ ਕਿ ਇਹ ਇਸ ਚੀਜ਼ ਨੂੰ ਉਡੀਕ ਰਹੀ ਹੈ ਹਾਂਜੀ 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 ਤੇ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਤੇਰੀ ਭੈਣ ਉੱਥੇ ਬੈਠੀ ਤੈਨੂੰ ਬੁਲਾ ਰਹੀ ਹੈ ਇਸ ਕਰਕੇ ਮੈਂ ਤੁਹਾਡੇ ਕੋਲ ਪਹੁੰਚੀ ਔਰ ਧੰਨਵਾਦ ਇਸ ਥਾਂ ਦਾ ਤੁਹਾਡਾ ਜਿਹੜਾ ਮੇਰੇ ਵਾਸਤੇ ਪਰਮਾਤਮਾ ਨੇ ਰੱਖਿਆ ਸੀ ਤੇ ਮੈਂ ਇਸ ਥਾਂ ਤੇ ਆ ਕੇ ਬੈਠੀ ਔਰ ਬਹੁਤ ਬਹੁਤ ਕਹਿੰਦੀ ਸੀ ਵੀ ਕੋਈ ਵੀ ਨਾਲ ਆ ਕੇ ਬੈਠ ਸਕਦਾ ਹਾਂਜੀ ਹਾਂਜੀ ਮੈਂ ਸੁਣਿਆ ਸੀ ਨਾ ਤਾਂ ਹੀ ਤੇ ਸੁਣਿਆ ਸੀ ਮੈਂ ਫਿਰ ਤਾਂ ਹੀ ਮੈਂ ਫੋਨ ਕੀਤਾ ਸੀ ਤੇ ਇਹਨਾਂ ਨੇ ਫੋਨ ਚੁੱਕਿਆ ਸੀ ਭਾਜੀ ਅਸ਼ੋਕ ਕੁਮਾਰ ਹੋਣਾ ਨੇ ਤੇ ਫਿਰ ਉਹ ਕਹਿੰਦੇ ਕਿ ਕੋਈ ਨੀ ਤੁਸੀਂ ਕਰ ਲਓ ਸਾਡੇ ਨਾਲ ਗੱਲ ਤੇ ਆ ਹੀ ਜਾਓ ਕੋਈ ਨੀ ਹਾਂਜੀ ਸਾਵਣ ਮਹੀਨੇ ਦਾ ਲੰਘ ਕੇ ਗਿਆ ਪ੍ਰੋਗਰਾਮ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਭੈਣਾਂ ਦਾ ਪ੍ਰੋਗਰਾਮ ਰੱਖਾਂਗੇ ਸਾਰੀਆਂ ਭੈਣਾਂ ਸਾਡੇ ਨਾਲ ਜੁੜੋ ਤੇ ਆਪਾਂ ਇਸ ਪ੍ਰੋਗਰਾਮ ਨੂੰ ਵਧੀਆ ਬਣਾਈਏ ਹਨਾ ਹਾਂਜੀ ਰਾਤ ਜੀ ਮੈਨੂੰ ਰੱਖ ਲੋ ਵਜਦੀ ਰਾਤ ਜੀ
ਤੇ ਬੀਜ ਧਿਆਨ ਦਿਓ ਬਾਬੇ ਵਾਹ ਬਹੁਤ ਸੋਹਣਾ ਜੀ ਬਹੁਤ ਸੋਹਣਾ ਹਾਂਜੀ ਬੰਦ ਕਰ ਦੋ ਪਿੱਛੇ ਗੋਲਾਂ ਬਹੁਤ ਹੋਲਡ ਤੇ ਪਈਆਂ ਨੇ ਤੁਹਾਡੀ ਭੈਣ ਜੀ ਤੁਹਾਡੀ ਭੈਣ ਸਾਰਿਆਂ ਦੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਣਾ ਬਹੁਤ ਹੀ ਵਧੀਆ ਮਹੀਨਾ ਲੰਘ ਕੇ ਗਿਆ ਸਾਵਣ ਮਹੀਨਾ ਤੇ ਘਰ ਬੈਠਿਆਂ ਆਪਾਂ ਨੂੰ ਸਾਵਣ ਮਹੀਨਾ ਯਾਦ ਆਉਂਦਾ ਰਿਹਾ ਜਿਸ ਤਰ੍ਹਾਂ ਆਪਾਂ ਪੰਜਾਬ ਵਿੱਚ ਮਨਾਉਂਦੇ ਹੁੰਦੇ ਸੀ ਹਾਂਜੀ ਤੇ ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਇੱਕ ਸਾਵਣ ਮਹੀਨੇ ਦਾ ਹੀ ਗੀਤ ਸੁਣਾਉਂਦੀ ਹਾਂ ਕਾਲੀ ਬਦਲੀ ਕਟਾ ਬਣ ਆਈ ਬੱਲੇ ਕਾਲੀ ਬਦਲੀ ਕਟਾ ਬਣ ਆਈ ਬੱਲੇ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਆ ਠੀਕ ਆ ਜੀ ਦੋਹਾਂ ਵਾਲਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਇਹਨਾਂ ਹਾਂਜੀ ਇਹ ਵੀ ਮੇਰੇ ਨਾਲ ਬੈਠੇ ਨੇ ਭੈਣ ਜੀ ਹਾਂਜੀ ਤੇ ਹੋਰ ਕੀ ਕੀ ਸੁਣਾਉਂ ਬੋਲੀ ਸੁਣਾਇਓ ਬੋਲੀ ਬਸ ਇਕੱਲੀਆਂ ਸੁਣਾਇਓ ਅੱਜ ਕਿ ਗੀਤ ਨੂੰ ਸਾਡੇ ਕੋਲ ਟਾਈਮ ਨਹੀਂ ਹੈਗਾ ਹਾਂਜੀ ਹਾਂਜੀ ਛੋਟਾ ਹੀ ਸੁਣਾਇਓ ਹਾਂਜੀ ਕਿ ਫਿਰ ਪਿੱਛੇ ਕੌਲਾਂ ਬਹੁਤ ਹੋਲਡ ਤੇ ਪਈਆਂ ਸਾਡੀਆਂ
ਥੈਂਕ ਯੂ ਥੈਂਕ ਯੂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਯਾਦਾਂ ਕਈ ਕਾਲ ਕਰਨੀ ਅਗਲੇ ਵੀਕ ਤੁਸੀਂ 2 ਵਜੇ ਤੋਂ 3 ਵਜੇ ਤੱਕ ਪ੍ਰੋਗਰਾਮ ਆ ਸਾਡਾ ਅਗਲੇ ਵੀਕ ਵੀ ਇਸ ਤਰ੍ਹਾਂ ਹੀ ਹਾਂਜੀ ਫੇਰ ਕਾਲ ਜੀ ਹਾਂਜੀ ਜ਼ਰੂਰ ਕਾਲ ਕਰਿਓ ਅੱਜ ਟਾਈਮ ਵੀ ਬਹੁਤ ਘੱਟ ਰਹਿ ਗਿਆ ਸਾਡਾ ਪਿੱਛੇ ਕਾਲਾਂ ਹੀ ਲਾਈਨ ਲੱਗੀ ਹੋਈ ਆ ਹਾਂਜੀ ਥੈਂਕ ਯੂ ਥੈਂਕ ਯੂ ਚਲੋ ਜੀ ਹਾਂਜੀ ਕਾਲੀ ਬਦਲੀ ਕਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਕਾਲੀ ਬਦਲੀ ਕਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਜਦੋਂ ਕਿਣ ਮਿਣ ਪੈਣ ਫੁਹਾਰਾਂ ਜਦੋਂ ਕਿਣ ਮਿਣ ਪੈਣ ਫੁਹਾਰਾਂ ਉਦੋਂ ਖਿੜ ਪੈਂਦੀਆਂ ਗੁਲਜ਼ਾਰਾਂ ਤੇ ਹਰੀ ਭਰੀ ਹੋਈ ਧਰਤੀ ਠੰਡ ਵਰਤੀ ਤੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਕਾਲੀ ਬਦਲੀ ਘਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਜਦੋਂ ਬਿਜਲੀ ਮਾਰੇ ਲਿਸ਼ਕਾਰੇ ਜਦੋਂ ਬਿਜਲੀ ਮਾਰੇ ਲਿਸ਼ਕਾਰੇ ਉਦੋਂ ਲੁਕ ਛਿਪ ਹੋਣ ਇਸ਼ਾਰੇ ਕਹਾਣੀਆਂ ਨੂੰ ਹਾਣ ਮਿਲ ਗਿਆ ਤੇ ਫੁੱਲ ਖਿਲ ਗਏ ਤੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਕਾਲੀ ਬਦਲੀ ਘਟਾ ਬਣ ਆਈ ਬੱਲੇ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਹੁਣ ਲੱਗਿਆ ਸਾਉਣ ਦਾ ਮੇਲਾ ਹੁਣ ਲੱਗਿਆ ਸਾਉਣ ਦਾ ਵੇਲਾ ਇਹ ਹੱਥ ਨਹੀਂ ਆਉਣਾ ਵੇਲਾ ਕਿ ਪੇਕਿਆਂ ਤੋਂ ਆ ਜਾ ਗੋਰੀਏ ਰੋਸਾ ਛੱਡ ਕੇ ਤੇ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਕਿ ਸਾਉਣ ਦਾ ਮਹੀਨਾ ਆ ਗਿਆ ਬਹੁਤ ਸੋਹਣਾ ਤੁਹਾਡਾ ਸੌਂਗ ਆਵਾਜ਼ ਵੀ ਤੁਹਾਡੀ ਬਹੁਤ ਸੋਹਣੀ ਹੋਰ ਬੋਲੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਹਾਂਜੀ ਬੋਲੀ ਸੁਣਾਉਣੀ ਹਾਂਜੀ ਹਾਂਜੀ ਸੁਣਾ ਬੋਲੀ ਫਿਰ ਕੋਈ ਭਾਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਤੇ ਪਿੰਡ ਸੁਣੀਦਾ ਮਾੜੀ ਹੈਲੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਤੇ ਪਿੰਡ ਸੁਣੀਦਾ ਮਾੜੀ ਭਾਈ ਉੱਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ ਉੱਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ ਇੱਕ ਪਤਲੀ ਇੱਕ ਪਾਰੀ ਭਾਈ ਪਾਰੀ ਦਾ ਤੇ ਵਿਆਹ ਹੋ ਗਿਆ ਪਾਰੀ ਦਾ ਤੇ ਵਿਆਹ ਹੋ ਗਿਆ ਤੇ ਪਤਲੀ ਅੱਜ ਇੱਕ ਵਾਰ ਵੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰ ਵੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰ ਵੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰ ਵੀ ਆਪੇ ਲੈ ਜਾਣਗੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲ ਆ ਮੈਂ ਠੀਕ ਹਾਂ ਅੱਜ ਕੀ ਸੁਣਾਉਂਦੇ ਮੇਰੇ ਪੁੱਤਰ ਨੇ ਮੈਂ ਅੱਜ ਇੱਕ ਗਾਣਾ ਸੁਣਾਉਣਾ ਸੀ ਸੁਣਾ ਦਿਓ ਫਿਰ ਕਿੰਨੀ ਪਿਆਰੀ ਆਵਾਜ਼ ਵਿੱਚ ਕਰ ਰਹੀ ਹੈ ਗਾਣਾ ਸੁਣਾਉਣਾ ਸੀ ਸੁਣਾਓ ਲੜਿਆ
ਵੈਰੀ ਗੁੱਡ ਵੈਰੀ ਗੁੱਡ ਓਕੇ ਬਸ ਬਾਏ ਬਾਏ ਬਸ ਹੋ ਨਹੀਂ ਗਈ ਬੋਲੀ ਪਾਉਣੀ ਕਰਨ ਹੋਰ ਨੇ ਜੀ ਮੈਂ ਹੋਰ ਨਹੀਂ ਪਾਉਣੀ ਆ ਬੋਲੀ ਪਾਉਣੀ ਆ ਛੁੱਟੀਆਂ ਖਤਮ ਹੋ ਗਈਆਂ ਹਾਂਜੀ ਛੁੱਟੀਆਂ ਹੋ ਗਈਆਂ ਹਾਂ ਹਾਂ ਹਜੇ ਤਾਂ 5 ਤਰੀਕ ਨੂੰ ਛੁੱਟੀਆਂ ਤੱਕ ਹੋ ਗਈਆਂ ਅੱਛਾ 5 ਤਰੀਕ ਨੂੰ ਸਕੂਲ ਜਾਣਾ ਵਾਪਸ ਬੈਕ ਹੈ ਨਾ ਓਕੇ ਓਕੇ ਬਹੁਤ ਪਿਆਰੀ ਬੱਚੀ ਹੈ ਨਾ ਬਹੁਤ ਵਧੀਆ ਬਾਏ 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 ਚਿੱਟਾ ਕੁੱਕੜ ਬਨੇਰੇ ਤੇ ਚਿੱਟਾ ਕੁੱਕੜ ਬਨੇਰੇ ਤੇ ਕਾਸ਼ਣੀ ਦੁਪੱਟੇ ਵਾਲੀਏ ਨੀ ਮੁੰਡਾ ਸਾਹੇ ਤੇਰੇ ਤੇ ਕਾਸ਼ਣੀ ਦੁਪੱਟੇ ਵਾਲੀਏ ਨੀ ਮੁੰਡਾ ਹਾਲਦਾਏ ਤੇਰੇ ਤੇ ਸਾਰੀ ਖੇਡ ਲਕੀਰਾਂ ਦੀ ਸਾਰੀ ਖੇਡ ਲਕੀਰਾਂ ਦੀ ਗੱਡੀਆਂ ਦੀ ਚਣ ਤੇ ਅੱਖ ਪਿਗਲੀ ਗਈ ਵੀਰਾਂ ਦੀ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਗਜੀਤ ਕੌਰ ਕੀ ਹਾਲ ਹੈ ਗੋਡੇ ਗੋਡੇ ਗਾਰਾ ਨੀ ਵਿਚ ਮੇਰਾ ਵੀਰ ਖੜਾ ਗੱਲ ਸਿਉਣੇ ਦੀ ਮਾਰਾ ਨੀ ਵਿਚ ਮੇਰਾ ਵੀਰ ਖੜਾ ਫਿਰ ਬੋਤਲ ਪੀ ਗਈ ਸਾਰੀ ਬਹਿ ਕੇ ਕੁਰਸੀ ਤੇ ਕੱਢਦੀ ਸੀ ਫੁਲਕਾਰੀ ਬਹਿ ਕੇ ਕੁਰਸੀ ਤੇ ਕੱਢਦੀ ਸੀ ਫੁਲਕਾਰੀ ਬਹਿ ਕੇ ਕੁਰਸੀ ਤੇ ਕੱਢਦੀ ਸੀ ਸਾਉਣ ਮਹੀਨਾ ਮੀਂਹ ਪਿਆ ਰਹਿੰਦਾ ਸਾਉਣ ਮਹੀਨਾ ਮੀਂਹ ਪਿਆ ਰਹਿੰਦਾ ਗੋਡੇ ਗੋਡੇ ਪਾਣੀ ਭਿੱਜ ਗਈ ਮੈਂ ਮਿੱਤਰਾ ਤੂੰ ਛਤਰੀ ਨਾ ਤਾਣੀ ਭਿੱਜ ਗਈ ਮੈਂ ਮਿੱਤਰਾ ਤੂੰ ਛਤਰੀ ਨਾ ਤਾਣੀ ਭਿੱਜ ਗਈ ਮੈਂ ਮਿੱਤਰਾ ਮੇਲ ਮੇਲ ਨਾ ਕਰਿਆ ਕਰਨੀ ਆਜੂ ਮੇਲ ਬਥੇਰਾ ਨੀ ਕੋਠੇ ਚੜ ਕੇ ਵੇਖਣ ਲੱਗੀ ਕੋਠੇ ਚੜ ਕੇ ਵੇਖਣ ਲੱਗੀ ਭਰਿਆ ਚਾਰ ਚਫੇਰਾ ਤੈਨੂੰ ਧੁੱਪ ਲੱਗਦੀ ਸੜੇ ਕਾਲ ਜਾ ਮੇਰਾ ਵੀ ਤੈਨੂੰ ਧੁੱਪ ਲੱਗਦੀ ਸੜੇ ਕਾਲ ਜਾ ਮੇਰਾ ਵੀ ਤੈਨੂੰ ਧੁੱਪ ਲੱਗਦੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਆ ਬਸ ਠੀਕ ਹੈ ਤੁਸੀਂ ਸੁਣਾਓ ਜੀ ਸਾਡਾ ਵੀ ਠੀਕ ਆ ਬਸ ਅੱਜ ਕੀ ਸੁਣਾ ਰਹੇ ਹੋ
ਮੈਂ ਬੋਲੀ ਸੁਣਾਉਣੀ ਸੀ। ਸੁਣਾ ਦੋ ਸੁਣਾ ਦੋ। ਸੁਣਾਵਾਂ? ਹਾਂਜੀ 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 ਬੋਲੀਆਂ ਸੁਣਾਓ ਕੇ। ਹਾਂਜੀ। ਮੀਂਹ ਨਾ ਪੈਂਦਾ ਕਣੀ ਨਾ ਪੈਂਦੀ ਸੁੱਕੀਆਂ ਵਗਣ ਜ਼ਮੀਨਾਂ ਲਹਿੰਗਾ ਪਾਬੋ ਦਾ ਚੱਕ ਲਾ ਦੇਰ ਚਕੀਨਾ ਲਹਿੰਗਾ ਪਾਬੋ ਦਾ ਚੱਕ ਲਾ ਦੇਰ ਚਕੀਨਾ ਲਹਿੰਗਾ ਪਾਬੋ ਦਾ। ਹਾਂਜੀ 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 ਹੋਰ ਸੁਣਾਵਾਂ। ਮਛਲੀ ਨਾਲ ਚਕਾਈਏ ਨੀ ਪਰੀ ਕਚਹਿਰੀ ਬਾਬਲ ਬੈਠਾ ਪਰੀ ਪਾਨੰਗ ਜਾਈਏ ਪਾਨੰਗ ਜਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ। ਵੀਰਾ ਸੱਕ ਸਵਾ ਲੱਖ ਦਾ ਏ ਤੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ ਕੋਠੇ ਤੇ ਗਲਾਸੀਏ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀਏ ਆਏ ਦੀਆਂ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀਏ। ਕਿੰਨਾ ਚਿਰ ਕੈਨੇਡਾ ਆਇਆ ਨੂੰ? ਹਾਂਜੀ ਕੈਨੇਡਾ ਸਾਡੇ 2 ਸਾਲ ਤੋਂ। ਅੱਛਾ। ਹਾਂਜੀ 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 ਬਹੁਤ ਵਧੀਆ ਜੀ। ਮੈਨੂੰ ਸਗੋਂ ਇੱਥੇ ਆਪਣਾ ਅਸਲੀ ਪੰਜਾਬ ਨਜ਼ਰ ਆਇਆ। ਮੈਂ ਸਾਰਾ ਦਿਨ ਆ ਤੁਹਾਡਾ ਪ੍ਰੋਗਰਾਮ ਵੇਖਦੀ ਸੀ ਤਾਂ ਹੀ ਤੁਹਾਡੇ ਨਾਲ ਮੇਰੀ ਅਟੈਚਮੈਂਟ ਹੋ ਗਈ ਤੇ ਪਤਾ ਹੀ ਨਹੀਂ ਲੱਗਦਾ ਦਿਨ ਕਿੱਥੇ ਲੰਘ ਗਿਆ ਤੇ ਇੰਨੇ ਸੋਹਣੇ ਪ੍ਰੋਗਰਾਮ ਦਿੰਦੇ ਆ। ਸਾਰਾ ਦਿਨ ਭੈਣਾਂ ਗੱਲਾਂ ਕਰਦੀਆਂ, ਸਾਰਾ ਦਿਨ ਟਾਈਮ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ ਰਾਤ ਕਦੋਂ ਪੈ ਜਾਂਦੀ ਹੈ। ਜਦੋਂ ਮੈਂ ਟਾਈਮ ਵੇਖਦੀ ਤੇ ਹੈਰਾਨ ਹੋ ਜਾਂਦੀ ਹਾਂ ਕਿ ਮੈਂ ਤੇ ਕਹਿੰਦੀ ਹਾਂ ਮੇਰਾ ਟਾਈਮ ਨਹੀਂ ਬੀਤਣਾ ਤੇ ਇੱਥੇ ਇੰਨਾ ਵਧੀਆ ਟਾਈਮ ਬਤੀਤ ਹੋ ਰਿਹਾ। ਅਸਲੀ ਪੰਜਾਬ ਨਜ਼ਰ ਆ ਰਿਹਾ ਇੱਥੇ ਹੈ ਤੇ ਬਾਕੀ ਬਹੁਤ ਆਪਣੇ ਹੱਥਾਂ 'ਚ ਆ ਪੰਜਾਬ। ਆਪਾਂ ਹੋਰ ਵਧੀਆ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਤਾਂ ਕਿ ਹੋਰ ਵੀ ਵਧੀਆ ਪੰਜਾਬ ਬਣੇ। ਤੇ ਹਾਂਜੀ ਹਾਂਜੀ ਨੀ ਗਿੱਧੇ ਵਿੱਚ ਕੀ ਕੰਮ ਕੁੰਡ ਦਾ, ਨੀ ਗਿੱਧੇ ਵਿੱਚ ਕੀ ਕੰਮ ਕੁੰਡ ਦਾ, ਇੱਥੇ ਸੱਬੇ ਹਾਣੀ ਨੀ ਨਾ ਕੁੰਡ ਕੱਢਦੀ ਬਹੁਤੀ ਸੋਹਣੀ, ਨੀ ਜਾਂ ਕੁੰਡ ਕੱਢਦੀ ਬਹੁਤੀ ਸੋਹਣੀ ਤੇ ਜਾਂ ਫਿਰ ਕੱਢਦੀ ਕਹਾਣੀ, ਨੀ ਤੂੰ ਤੇ ਮੈਨੂੰ ਲੱਗੇ ਮਜਾਜਣ, ਨੀ ਤੂੰ ਤੇ ਮੈਨੂੰ ਲੱਗੇ ਮਜਾਜਣ, ਮੈਂ ਘੁੰਡ ਚੋਂ ਹੀ ਅੱਖ ਪਛਾਣੀ, ਨੀ ਉੱਠ ਕੇ ਨੱਚ ਲੈਣੀ ਬਣ ਕੇ ਗਿੱਧੇ ਦੀ ਰਾਣੀ, ਨੀ ਉੱਠ ਕੇ ਨੱਚ ਲੈਣੀ ਬਣ ਕੇ ਗਿੱਧੇ ਦੀ ਰਾਣੀ, ਨੀ ਉੱਠ ਕੇ ਨੱਚ ਲੈਣੀ। ਬਹੁਤ ਸੋਹਣੀ ਬਹੁਤ ਸੋਹਣੀ। ਰੂਪ ਦੇ ਸ਼ਿਕਾਰੀ ਅੱਖ ਰੱਖ ਦੇ ਕੁਵਾਰੀਆਂ ਤੇ, ਰੂਪ ਦੇ ਸ਼ਿਕਾਰੀ ਅੱਖ ਰੱਖ ਦੇ ਕੁਵਾਰੀਆਂ, ਅਸੀਂ ਵੀ ਨੀ ਰਹਿਣਾ ਕਿਸੇ ਕੋਲੋਂ ਡਰ ਕੇ, ਕਿਹੜਾ ਲੰਘ ਜੱਟੀ ਦੇ ਵਾਲੇ ਕਰਕੇ, ਕਿਹੜਾ ਨੰਗ ਜੂ ਜੱਟੀ ਦੇ ਵਾਲੇ ਅੱਖ ਕਰਕੇ, ਕਿਹੜਾ ਨੰਗ ਜੂ ਜੱਟੀ ਦੇ ਵਾਲੇ ਅੱਖ ਕਰਕੇ।
ਲੈਣਾ ਟੁੱਟ ਪੈਣਾ ਮੈਨੂੰ ਗਾਲ ਬਿਨਾ ਨਾ ਬੋਲੇ ਜੇਠ ਕਲੈਣਾ ਟੁੱਟ ਪੈਣਾ ਮੈਨੂੰ ਗਾਲ ਬਿਨਾ ਨਾ ਬੋਲੇ ਸਿਖਰ ਦੁਪਹਿਰੇ ਘਰ ਨੂੰ ਆਇਆ ਹੋ ਇਸ ਦੁੱਖਾਂ ਓਲੇ ਵੀਰ ਹੋਊਗਾ ਤੇਰਾ ਵੇ ਕੀ ਲੱਗਦਾ ਉਹ ਮੇਰਾ ਵੇ ਪੈਰ ਦੀ ਜੁੱਤੀ ਰਿਹਾ ਕੋਲ ਖੜਾ ਮੈਂ ਜਾਤੀ ਕੁੱਤੀ ਰਿਹਾ ਕੋਲ ਖੜਾ ਮੈਂ ਜੇਠ ਦੀ ਕੁੱਤੀ ਰਿਹਾ ਕੋਲ ਖੜਾ ਵੇ ਮੈਂ ਜੇਠ ਨੇ ਕੁੱਤੀ ਮੈਨੂੰ ਦੱਸ ਗੋਰੀਏ ਕਿਹੜੀ ਗੱਲ ਤੋਂ ਕੁੱਟੀ ਮੈਨੂੰ ਦੱਸ ਗੋਰੀਏ ਕਿਹੜੀ ਗੱਲ ਤੋਂ ਕੁੱਟੀ ਸੱਚ ਦੱਸਾਂ ਹਾਣੀਆਂ ਮੇਥੋਂ ਤੋੜੀ ਸੀ ਫੁੱਟੀ ਸੱਚ ਦੱਸਾਂ ਹਾਣੀਆਂ ਮੇਥੋਂ ਤੋੜੀ ਸੀ ਫੁੱਟੀ ਸੱਚ ਦੱਸਾਂ ਹਾਣੀਆਂ ਹਾਂਜੀ ਚਲੋ ਆਪਣਾ ਲਿਖਿਆ ਸੁਣੋ ਵਰਗੀ ਗੁੜ ਹੱਟੀਆਂ ਦਾ ਖਾਂਦਾ ਬਈ ਕਰਦੀ ਨਾਰ ਪਤਾਸੇ ਵਰਗੀ ਕਰਦੀ ਨਾਰ ਪਤਾਸੇ ਵਰਗੀ ਕਰਜੋਰੀ ਦੇ ਜਾਂਦਾ ਨੀ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਨੀ ਚੰਦਰੇ ਨੂੰ ਇਸ਼ਕ ਬੁਰਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਵਧੀਆ ਆਪਣਾ ਸੁਣਾਓ ਸਾਡਾ ਹਾਲ ਵੀ ਬਹੁਤ ਵਧੀਆ ਤਾਂ ਮੁੰਡੇ ਮੂਹਰੇ ਬੈਠੇ ਨਾਲੇ ਹਾਲ ਵਧੀਆ ਕਰਨ ਕਰਕੇ ਤੇ ਆਪਾਂ ਇਹ ਪ੍ਰੋਗਰਾਮ ਕੀਤੇ ਲਾਇਆ ਕਰੋ ਇਹ ਪ੍ਰੋਗਰਾਮ ਹੀ ਤੁਹਾਡਾ ਭੈਣਾਂ ਦਾ ਪ੍ਰੋਗਰਾਮ ਆ ਜੀ ਸੁਣਾਓ ਫਿਰ ਕੋਰੇ ਕੋਰੇ ਕੁੱਚੇ ਵਿੱਚ ਦਹੀਂ ਮੈਂ ਜਮਾਨੀ ਆ ਕੋਰੇ ਕੋਰੇ ਕੁੱਚੇ ਵਿੱਚ ਦਹੀਂ ਮੈਂ ਜਮਾਨੀ ਆ ਖੜਕੇ ਉੱਠ ਕੇ ਰੇੜਕਾਂਗੇ ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਛਿੜਕਾਂਗੇ ਛੜੇ ਆਉਣਗੇ ਵਰਸੀ ਕੱਟਣ ਗਿਆ ਸੀ ਵਾਰੀ ਵਰਸੀ ਕੱਟਣਗੇ ਕੜਕੇ ਲਿਆਂਦੀਆਂ ਪਲੀਆਂ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪਲੀਆਂ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾ ਨਾਲ ਪਲੀਆਂ ਗੁਲਾਬ ਬਣ ਜਾਨੀਆਂ ਲਵੇਨੀ ਜਾਨੀਆਂ ਗੁਲਾਬ ਬਣ ਜੇਬ ਵੇ ਸ਼ਰਾਬ ਬਣ ਜਾਨੀਆਂ ਬੋਤਲਾਂ ਚ ਪਾਲਾ ਵੇ ਸ਼ਰਾਬ ਬਣ ਜਾਨੀਆਂ ਰਾਤੀ ਸਿਨਮਾ ਦੇਖਣ ਗਏ ਓਵੇ ਨਾ ਟੱਪ ਕੇ ਮੈਂ ਵੀ ਕੁੰਡਾ ਨਹੀਂ ਰੋਟੀ ਨਹੀਂ ਦਿੱਤੀ ਸੋ ਗਿਆ ਛੋਲੇ ਚੱਬ ਕੇ ਮੈਂ ਵੀ ਮਿੰਜਾ ਨਹੀਂ ਦਿੱਤਾ
ਆਪੇ ਸੌਦਾ ਮੰਜਾ ਲੱਭ ਕੇ ਬੋਰਾ ਸੁੱਟ ਕੇ ਗੱਡੀ ਚੱਲਦੀ ਆ ਰੁਮੇ ਦੇ ਰੁਮੇ ਗੱਡੀ ਚੱਲਦੀ ਆ ਰੁਮੇ ਦੇ ਰੁਮੇ ਅੱਗੇ ਮਾਇਆ ਨਿਤ ਮਿਲਦਾ ਹੁਣ ਮਿਲਦਾ ਏ ਜੁਮੇ ਨੀ ਜੁਮੇ ਅੱਗੇ ਮਾਇਆ ਨਿਤ ਮਿਲਦਾ ਹੁਣ ਮਿਲਦਾ ਏ ਜੁਮੇ ਦੇ ਜੁਮੇ ਭੁੱਲਦੇ ਜਾ ਰਹੇ ਆਪਣੇ ਆ ਤੇ ਤੁਸੀਂ ਇੱਧਰ ਇੱਕ ਨਵਾਂ ਪੰਜਾਬ ਤੇ ਨਵਾਂ ਹੀ ਇਹ ਤਰੀਕਾ ਅਪਣਾਇਆ ਵਾ ਜਿਹਦੇ ਨਾਲ ਫੇਰ ਯਾਦ ਕਰਾ ਰਹੇ ਜੀ ਪੁਰਾਣੇ ਗੀਤ ਤੇ ਬੜਾ ਹੀ ਚੰਗਾ ਲੱਗਾ ਬੜਾ ਇਹ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਆ ਜਿਹੜੇ ਹੁਣ ਵੀ ਆਪਾਂ ਕੱਢ ਕੱਢ ਕੇ ਲਿਆ ਰਹੇ ਆ ਨਾ ਇਹ ਵੀ ਚੰਗੀ ਗੱਲ ਆ ਕਿ ਅਜੇ ਵੀ ਪੁਰਾਣੇ ਪਏ ਜਿਹੜੇ ਸਾਡੇ ਕੋਲ ਆ ਜਾਣਗੇ ਮੈਂ ਡੈਰੀ ਹਾਵੇ ਕੋਲ ਰੱਖਦੀ ਆ ਆਹੋ ਮੇਰੇ ਨਾ ਕਿਵੇਂ ਜਿਵੇਂ ਯਾਦ ਕਰਦੀ ਆ ਮੈਂ ਮਾਂ ਨੂੰ ਆਪਦੀ ਨੂੰ ਮੈਂ ਬੈਂਕ ਵਿੱਚ ਗੀਤ ਗਾਉਂਦੀ ਹਾਂ ਮਾਂ ਦਾ ਕਰ ਲਿਆ ਤੇ ਉਹ ਨਹੀਂ ਉਹ ਗੀਤ ਫਿਰ ਜ਼ਿਆਦਾ ਮੈਂ ਜਦੋਂ ਉਦੋਂ ਲਾਈਨ ਲਿਖ ਲੈਂਦੀ ਆ ਉਹਦੀ ਓਕੇ ਮੈਂ ਘਰੇ ਆ ਕੇ ਪੂਰਾ ਗੀਤ ਆਪ ਫਿਰ ਲਿਖ ਲੈਂਦੀ ਆ ਹਾਂਜੀ ਇੱਕ ਲਾਈਨ ਪਹਿਲਾਂ ਵੰਡ ਭੁੱਲ ਮੈਨੂੰ ਤੇ ਆਪ ਲਿਖਣ ਦਾ ਸ਼ੌਂਕ ਆ ਬਹੁਤ ਸਾਰੇ ਜ਼ਿਆਦਾਤਰ ਤੇ ਗਾਣੇ ਮੈਂ ਆਪ ਲਿਖੇ ਹੁੰਦੇ ਆ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਸੁਣਾਉਣੀ ਹੈਗਾ ਟਾਈਮ ਨਾ ਆਪਣੇ ਕੋਲ ਅੱਜ ਨਹੀਂ ਬਸ ਥੋੜਾ ਹੀ ਆ 2 ਮਿੰਟ 2 ਮਿੰਟ ਹੀ ਆ ਜਿਸ ਤਰ੍ਹਾਂ ਕਿ ਆਪਣੇ ਸਕੂਲ ਦੇ ਵਿੱਚ ਨਾ ਮੈਂ ਪੜਾਉਂਦੀ ਸੀਗੀ ਹਾਂਜੀ ਹਾਂਜੀ ਮੈਨੂੰ ਰੁੱਖ ਲਾਉਣ ਦਾ ਵੀ ਬੜਾ ਸ਼ੌਂਕ ਨੇਚਰ ਨਾਲ ਜੁੜ ਕੇ ਰਹਿਣਾ ਮੇਰਾ ਬੜਾ ਸੁਭਾਅ ਹੈ ਮਤਲਬ ਤੇ ਰੁੱਖ ਲਾਉਣ ਦਾ ਬੜਾ ਸ਼ੌਂਕ ਹੈ ਤੇ ਮੈਂ ਹਰ ਇੱਕ ਨੂੰ ਇਹ ਜਿਹੜਾ ਨਾ ਸੰਦੇਸ਼ ਦਿੰਨੀ ਆ ਕਿ ਤੁਸੀਂ ਜਿਹੜਾ ਵਾ ਵੀ ਇਹਨਾਂ ਦੇ ਨਾਲ ਪਿਆਰ ਪਾਓ ਕਿ ਇੱਕ ਮਨੁੱਖ ਨਾਲ ਪਿਆਰ ਪਾਉਣਾ ਤੇ ਹੈਗਾ ਨਾ ਕਿ ਉਹਦੀ ਜ਼ਬਾਨ ਹੈਗੀ ਆ ਪਰ ਇੱਕ ਰੁੱਖ ਨਾਲ ਪਿਆਰ ਪਾਉਣਾ ਬਹੁਤ ਜ਼ਰੂਰੀ ਹੈ ਜਿਹਦੀ ਜ਼ਬਾਨ ਹੈ ਨਹੀਂ ਪਰ ਅਸੀਂ ਜੀਂਦੇ ਉਹਦੇ ਸਿਰ ਤੇ ਹੀ ਆ ਮੇਰੇ ਸਕੂਲ 'ਚ ਲੱਗੇ ਰੁੱਖ ਕੱਟੇ ਗਏ ਉਹਨਾਂ ਨੇ ਨਾ ਦਿੱਤੇ ਪੈਸੇ ਵੀ ਇੱਥੇ ਬਣਾ ਲਓ ਕੋਈ ਆਪਣੀ ਇਮਾਰਤ ਸਕੂਲ ਦੀ ਅਤੇ ਉਹਨਾਂ ਨੇ ਰੁੱਖ ਕੱਟੇ ਉਹ ਮੇਰੇ ਲੱਗੇ ਹੋਏ ਰੁੱਖ ਸੀ ਔਰ 40 ਰੁੱਖ ਸੀਗੇ ਜਦੋਂ ਉਹਨਾਂ ਨੇ ਕੱਟੇ ਤੇ ਮੈਨੂੰ ਇੰਨਾ ਦੁੱਖ ਲੱਗਿਆ ਉਦੋਂ ਮੈਂ ਆਹ ਕਵਿਤਾ ਲਿਖੀ ਹਾਂਜੀ ਚਲੋ ਆਪਾਂ ਅਗਲੇ 'ਚ ਸੁਣਾ ਲਾਂਗੇ ਆਪਣੇ ਕੋਲ ਹੀ ਆਪਣੇ ਕਿਹੜੇ ਕਿਤੇ ਨਾਲੇ ਆਪਣੇ ਲਿਖੇ ਆਪਾਂ ਜਿਹੜਾ ਜੀ ਕੀਤਾ ਆਪਾਂ ਰੂੰ ਸ਼ਹਿਰ ਦਾ ਬਟੂਆ ਲੈ ਦੇਵੇ ਬੀਬਾ ਭਾਵੇਂ ਵਿਕ ਜਾ ਤੂੰ ਸ਼ਹਿਰ ਦਾ ਬਟੂਆ ਲੈ ਦੇਵੇ ਬੀਬਾ ਭਾਵੇਂ ਵਿਕ ਜਾ ਤੂੰ ਨਹੀਂ ਬੋਲੀ ਆ ਤਾਂ ਹੀ ਤਾਂ ਸੁਣਾਈ ਬੋਲੀ ਹੈ ਬੜਾ ਬੀਬੀਆਂ ਪਾ ਦਿੰਦੀਆਂ ਸ਼ਹਿਰ ਵੀ ਬੜੇ ਪਿਆਰ ਦੇ ਨਾਲ ਹਨਾ ਕਾਨਾ ਵੇ ਇੱਥੇ ਮੇਰੀ ਨੱਥ ਡਿੱਗ ਪਈ ਨਿਉਂਕੇ ਫੜੀ ਜਵਾਨਾਂ ਵੇ ਇੱਥੇ ਮੇਰੀ ਨੱਥ ਡਿੱਗ ਪਈ ਨਿਉਂਕੇ ਫੜੀ ਜਵਾਨਾਂ ਵੇ ਇੱਥੇ ਮੇਰੀ ਨੱਥ ਡਿੱਗ ਪਈ ਨਿਉਂਕੇ ਫੜੀ ਜਵਾਨਾਂ ਵੇ ਇੱਥੇ ਮੇਰੀ ਨੱਥ ਡਿੱਗ ਪਈ
ਬੋਲੋ ਸੁਣੀ ਕੁੜੀਏ ਨੱਚਣ ਵਾਲੀਏ ਸੁਣੀ ਕੁੜੀਏ ਨੱਚਣ ਵਾਲੀਏ ਨੱਚ ਨੱਚ ਹੋ ਜਾ ਦੂਰੀ ਨੀ ਇਸ ਜਵਾਨੀ ਦੀ ਗਮਰੂਰੀ ਨੀ ਇਸ ਜਵਾਨੀ ਦੀ ਨਾ ਕਰੀਏ ਮਗਰੂਰੀ ਨੀ ਇਸ ਜਵਾਨੀ ਦੀ ਕਰੀਏ ਮਗਰੂਰੀ ਨੀ ਇਸ ਜਵਾਨੀ ਦੀ ਨਾ ਕਰੀਏ ਮਗਰੂਰੀ ਸਤਿ ਸ਼੍ਰੀ ਅਕਾਲ ਜੀ ਸਾਡਾ ਪ੍ਰੋਗਰਾਮ ਅਸੀਂ ਇੱਥੇ ਖਤਮ ਕਰ ਰਹੇ ਹਾਂ ਤੇ ਅਗਲੇ ਨੈਕਸਟ ਵੀਕ ਤੋਂ ਹਰੇਕ ਫਰਾਈਡੇ ਤੋਂ ਸਾਨੂੰ ਆਪਾਂ ਖੂਬ ਰੌਣਕਾਂ ਲਾਇਆ ਕਰਾਂਗੇ ਜੀ ਤੁਸੀਂ ਸਾਡਾ ਸਾਥ ਦਿਓ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਪੰਜਾਬ ਬਿਲਕੁਲ ਅਸਲ ਪੰਜਾਬ ਬਣਾਈਏ ਇਹਨੂੰ ਆਪਾਂ ਤੇ ਰੋਜ਼ ਦਾ ਰੋਜ਼ ਟਾਈਮ ਇਸ ਪ੍ਰੋਗਰਾਮ ਵਾਸਤੇ ਕੱਢਣਾ ਹਾਂਜੀ ਗੁਰਮੀਤ ਕੌਰ ਮੀਤ ਹਾਂਜੀ 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 ਇਕੱਠੇ ਹੋਇਆ ਕਰਾਂਗੇ ਜੀ ਬਹੁਤ ਖੁਸ਼ੀ ਹੋਈ ਜੀ ਮੈਨੂੰ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਮਿਲੀ ਅਜੇ ਆਪਾਂ ਜਦੋਂ ਅੱਗੇ ਇਕੱਠੇ ਕਰਿਆ ਕਰਾਂਗੇ ਤੇ ਕਿੰਨੀ ਕੁ ਖੁਸ਼ੀ ਮਿਲੇਗੀ ਉਹ ਤੇ ਅੱਗੇ ਪਰਮਾਤਮਾ ਨੂੰ ਪਤਾ ਹੈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਾਣ ਨੂੰ ਦਿਲ ਤੇ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਗਿਵ ਅਸ ਅ ਕਾਲ